ਮਾਸੂਮ ਬੱਚੇ ਫਤਿਹਵੀਰ ਸਿੰਘ ਦੀ ਮੌਤ ਦੇ ਵਿਰੋਧ ਵਿੱਚ ਬਠਿੰਡਾ ਇਲਾਕੇ ਵਿੱਚ ਕਾਲੇ ਝੰਡੇ ਲਾਏ ਗਏ। ਇਸ ਮੌਕੇ ਬੱਚਾ ਬਲੀ ਕਾਂਡ ਵਿਰੁੱਧ ਇਨਸਾਫ ਕਮੇਟੀ ਦੇ ਵਰਕਰਾਂ, ਨੌਜਵਾਨਾਂ ਨੇ ਸਰਕਾਰ ਪ੍ਰਸ਼ਾਸਨ ਅਤੇ ਇੱਕ ਅਖੌਤੀ ਸੰਸਥਾ ਨੂੰ ਬੱਚੇ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਉਹਨਾਂ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਇਹ ਸੀ ਇੱਕ ਮਾਸੂਮ ਪਿਆਰਾ ਜਿਹਾ ਬੱਚਾ ਫਤਿਹਵੀਰ ਸਿੰਘ, ਜਿਸ ਫੁੱਲ ਨੂੰ ਪੂਰੀ ਤਰ੍ਹਾਂ ਖਿੜਨ ਤੋਂ ਪਹਿਲਾਂ ਹੀ ਬੇਰਹਿਮ ਸਰਕਾਰ ਨੇ ਡਾਲੀ ਨਾਲ ਤੋੜ ਕੇ ਮਿਰਦ ਦਿੱਤਾ। ਹਾਕਮਾਂ ਵੱਲੋਂ ਸਿਰੇ ਦੀ ਨਲਾਇਕੀ ਇਸ ਬੱਚੇ ਦੀ ਮੌਤ ਦਾ ਕਾਰਨ ਬਣੀ। ਸਮਾਂ ਅੱਗੇ ਵੱਧਦਾ ਰਹੇਗਾ, ਪਰ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਅਤੇ ਇਸ ਦਾ ਪਰਿਵਾਰ ਸਾਰੀ ਉਮਰ ਉਸਦੀ ਪਿਆਰੀ ਛੋਹ ਨੂੰ ਤੜਫਦੇ ਰਹਿਣਗੇ। ਬਠਿੰਡਾ ਨਜ਼ਦੀਕ ਪਿੰਡ ਕੋਟਫੱਤਾ ਦੀ ਬੱਸ ਅੱਡਾ ਨੇੜੇ ਮੰਡੀ ਵਿੱਚ ਲੋਕਾਂ ਨੇ ਮਾਸੂਮ ਬੱਚੇ ਫਤਿਹਵੀਰ ਸਿੰਘ ਦੀ ਮੌਤ ਦੇ ਵਿਰੋਧ ਵਿੱਚ ਦੁਕਾਨਾਂ ਅਤੇ ਘਰਾਂ 'ਤੇ ਕਾਲੇ ਝੰਡੇ ਲਾਏ। ਗੁੱਸੇ ਵਿੱਚ ਆਏ ਨੌਜਵਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਬਲੀ ਕਾਂਡ ਵਿਰੋਧੀ ਇਨਸਾਫ ਕਮੇਟੀ ਨੇ ਇਸ ਮਾਸੂਮ ਬੱਚੇ ਦੀ ਮੌਤ ਲਈ ਪੰਜਾਬ ਅਤੇ ਕੇਂਦਰ ਸਰਕਾਰ, ਪ੍ਰਸ਼ਾਸਨ ਅਤੇ ਡੇਰਾਵਾਦ ਨੂੰ ਜ਼ਿੰਮੇਵਾਰ ਠਹਿਰਾਇਆ। ਨੌਜਵਾਨ ਆਗੂ ਭਾਈ ਪਰਨਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਸਰਕਾਰਾਂ ਦੀ ਨਲਾਇਕੀ ਅਤੇ ਡੇਰਾਵਾਦ ਨੂੰ ਉਤਸ਼ਾਹ ਕਰਨ ਦੀਆਂ ਕੁਝ ਜਿਹੀਆਂ ਹਰਕਤਾਂ ਕਾਰਨ ਮਾਸੂਮ ਬੱਚਾ ਫਤਿਹਵੀਰ ਸਿੰਘ ਦੀ ਜਾਨ ਚਲੀ ਗਈ। ਉਹਨਾਂ ਕਿਹਾ ਕਿ ਬਲੀ ਕਾਂਡ ਵਿਰੋਧੀ ਇਨਸਾਫ ਕਮੇਟੀ ਦੇ ਭਗਵਾਨਪੁਰਾ ਵਿੱਚ ਵੀ ਆਪਣੇ ਤਨ ਮਨ ਨਾਲ ਕੰਮ ਕੀਤਾ। ਜਿਹੜਾ ਫਤਿਹਵੀਰ ਸਿੰਘ ਬੋਰਚ ਦੇ ਉੱਤੇ ਜਿਹਦੀ ਮੌਤ ਹੋਈ ਆ ਬੱਚੇ ਦੀ, ਉੱਥੇ ਬਹੁਤ ਲੋਕ ਆਏ ਸੀ, ਬਹੁਤ ਮਤਲਬ ਇਕੱਠ ਸੀਗਾ। ਸਾਡੀ ਵੀ ਮਤਲਬ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ ਬਲੀ ਕਾਂਡ ਐਕਸ਼ਨ ਕਮੇਟੀ ਵੱਲੋਂ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ, ਅਸੀਂ ਵੀ ਨੌਜਵਾਨ ਜਿਹੜੇ ਪਿੰਡ ਦੇ ਨੇ ਉਹਨਾਂ ਦੇ ਉਹ ਨਾਲ ਲੈ ਕੇ ਉੱਥੇ 3-4 ਦਿਨ ਰਹੇ ਹਾਂ। ਉੱਥੇ ਜਿਹੜਾ ਮੈਨੇਜਮੈਂਟ ਦੀ ਬਹੁਤ ਜ਼ਿਆਦਾ ਕਮੀ ਸੀ, ਆਮ ਬੰਦਾ ਦੇ ਆਮ ਲੋਕਾਂ ਦੇ ਹੱਥ 'ਚ ਜਿਹੜੀ ਉਹਦੀ ਮੈਨੇਜਮੈਂਟ ਦਿੱਤੀ ਗਈ ਆ, ਉਹਦੇ ਕਾਰਨ ਜਿਹੜਾ ਕਿ ਕੰਮ ਬਹੁਤ ਜ਼ਿਆਦਾ ਲੇਟ ਹੋ ਗਿਆ। ਅਤੇ ਗੁਰਪ੍ਰੀਤ ਸਿੰਘ ਨੇ ਉਹਨੂੰ ਮਤਲਬ ਜਿਹੜਾ ਹੈਗਾ ਕੱਢਿਆ ਸੀ ਬੋਰਡ 'ਚੋਂ, ਉਹ ਵੀ ਕੁੰਡੀਆਂ ਨਾਲ, ਅਤੇ ਦੋ ਦਿਨ ਤੱਕ ਉਹ ਜਾਂਦਾ ਰਿਹਾ। ਅਤੇ ਜਿਹੜਾ ਕੋਈ ਮਤਲਬ ਹੈ ਨਹੀਂ ਸੀ ਸਿਸਟਮ ਕੋਈ ਸਰਕਾਰ ਦਾ, ਕੋਈ ਵੀ ਮੈਨੇਜਮੈਂਟ ਨਹੀਂ ਸੀ, ਆਮ ਲੋਕਾਂ ਦੇ ਹੱਥਾਂ 'ਚ ਮੈਨੇਜਮੈਂਟ ਸੀ ਉਹਦਾ। ਉਹਦੇ ਕਾਰਨ ਜਿਹੜਾ ਲੇਟ ਹੋਇਆ ਉਹਦੀ ਮੌਤ ਹੋਈ। ਜਿਹੜੀ ਉਹਦੀ ਮੌਤ ਆ ਇਹ ਪੂਰੇ ਪੰਜਾਬ ਨੂੰ ਬਹੁਤ ਜ਼ਿਆਦਾ ਦੁੱਖ ਆ। ਸੋ ਮੇਰੀ ਪੰਜਾਬ ਵਾਸੀਆਂ ਨੂੰ ਬੇਨਤੀ ਆ ਵੀ ਜਿਹੜਾ ਫਤਿਹਵੀਰ ਦਾ ਜਿਹੜਾ ਮਤਲਬ ਮੌਤ ਦਾ ਜਿਹੜਾ ਸੋਗ ਆ ਉਹ ਆਪਣੇ ਘਰਾਂ 'ਤੇ, ਆਪਣੀਆਂ ਦੁਕਾਨਾਂ 'ਤੇ, ਆਪਣੇ ਮਕਾਨਾਂ 'ਤੇ, ਮਤਲਬ ਮੋਟਰਾਂ 'ਤੇ ਕਾਲੀਆਂ ਝੰਡੀਆਂ ਅੱਜ ਤੋਂ ਹੀ ਲਾ ਦਿਓ। ਸੋ ਕੈਪਟਨ ਸਰਕਾਰ ਨੂੰ ਇਸ ਚੀਜ਼ ਦਾ ਪਤਾ ਲੱਗੇ ਵੀ ਜਿਹੜੀਆਂ ਕਾਲੀਆਂ ਝੰਡੀਆਂ ਲਾਈਆਂ ਇਹ ਲੋਕਾਂ ਦੇ ਵਿੱਚ ਦੁੱਖ ਆ। ਬਠਿੰਡਾ ਤੋਂ ਬਲਜਿੰਦਰ ਸਿੰਘ ਕੋਟਭਾਰਾ ਦੀ ਰਿਪੋਰਟ।